ਵਾਹਿਗੁਰੂ ਸਾਹਿਬ ਜੀਓ, ਅਮਰੀ ਗਣਤ ਨਾ ਗਣੀਆ ਕਾਈ, ਆਪਣਾ ਬਿਰਧ ਪਛਾਣ, ਹੱਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ, ਸਾਚਾ ਸਾਹਿਬ ਸਤ ਮਿਹਰਬਾਨ, ਬੰਧ ਪਾਇਆ ਮੇਰੇ ਸਤਿਗੁਰ ਪੂਰੈ, ਹੋਈ ਸਰਬ ਕਲਿਆਣ, ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ, ਕਿਰਤ ਕਰਮ ਕੇ ਵਿਛੁੜੇ, ਕਰ ਕਿਰਪਾ ਮਿਲੋ ਰਾਮ, ਚਾਰ ਕੁੰਟ ਦਹਿ ਦਿਸ ਭਰਮੇ, ਥੱਕ ਆਏ ਪ੍ਰਭ ਕੀ ਸ਼ਾਮ, ਤੇਨ ਦੁਦਹਿ ਤੇ ਬਾਹਰੀ, ਕਿਤੇ ਨ ਆਵੈ ਕਾਮ, ਜਲ ਬਿਨ ਸਾਖ ਕੁਮਲਾਵਤੀ, ਉਪਜੈ ਨਾਹੀ ਦਾਮ, ਹਰ ਨਾਹ ਨ ਮਿਲਿਐ ਸਾਜਨੈ, ਕਤ ਪਾਈਐ ਬਿਸਰਾ, ਜਿਤ ਘਰ ਹਰ ਕੰਤ ਨਾ ਪ੍ਰਗਟਈ, ਭੱਠ ਨਗਰ ਸੇ ਗ੍ਰਾਮ, ਸਰਬ ਸ਼ਿਗਾਰ ਤਬੋਲ ਰਸ, ਸਣ ਦੇਹੀ ਸਭ ਖਾਮ, ਇਹੋ ਨਿਰਗੁਣ ਗੁਣ ਕਛੂ ਨਾ ਬੂਜੈ, ਬਖਸ਼ ਲਿਹੋ ਤੋ ਨਾਨਕ ਸੀਜੈ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ।
ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਸਵਰੂਪ ਅੰਤਰਜਾਮੀ ਸਰਬ ਕਲਾ ਸਮਰੱਥ ਅਕਾਲ ਸਵਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਹਰ ਰੋਜ਼ ਦੀ ਤਰ੍ਹਾਂ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ, ਉਹਨਾਂ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਉਪਦੇਸ਼, ਜੋ ਕਿ ਪਾਵਨ ਬਾਣੀ ਵਿੱਚ ਸੁਭਾਏਮਾਨ ਹਨ, ਹਰ ਰੋਜ਼ ਆਪਾਂ ਵਿਚਾਰ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ। ਆਓ ਅੱਜ ਦੇ ਇਸ ਵਕਤ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜੋ 11 ਸਾਲ ਗੋਇੰਦਵਾਲ ਸਾਹਿਬ ਰਹੇ, ਔਰ ਜਦੋਂ ਉਹ 11 ਸਾਲ ਦੇ ਹੋਏ, ਗੁਰੂ ਅਮਰਦਾਸ ਉਹਨਾਂ ਦੇ ਜੋ ਨਾਨਾ ਗੁਰੂ ਸਨ, ਉਹ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੂੰ ਦੇ ਕੇ ਆਪ ਉਹਨਾਂ ਨੇ ਸਰੀਰਕ ਜੀਵਨ ਦੀ ਖੇਡ ਨੂੰ ਸਮੇਟਿਆ। ਇਸ ਤੋਂ ਅਗਲੇ 11 ਤੋਂ ਲੈ ਕੇ ਤਕਰੀਬਨ 17 ਸਾਲ ਜੋ ਦਿਨ ਸਮਾਂ ਬਣਦਾ, ਇਹ ਵਕਤ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸਿੱਖ ਰੂਪ ਵਿੱਚ ਬੀਤਿਆ ਹੈ। 7 ਸਾਲ ਉਹਨਾਂ ਨੇ ਆਪਣੇ ਪਿਤਾ ਗੁਰੂ ਰਾਮਦਾਸ ਜੀ ਦੀ ਅਰਦਲ ਵਿੱਚ ਚਰਨਾਂ ਵਿੱਚ ਨਿਰੰਤਰ ਗੁਰਮਤ ਅਨੁਸਾਰ ਸੇਵਾ ਕੀਤੀ। ਆਓ ਅੱਜ ਦੇ ਇਸ ਸਮੇਂ ਵਿੱਚ ਉਹਨਾਂ ਦਾ ਉਹ ਸਿੱਖ ਜੀਵਨ ਔਰ ਗੁਰਤਾ ਗੱਦੀ ਪ੍ਰਾਪਤ ਕਰਨ ਤੱਕ ਦਾ ਸਫ਼ਰ ਆਪਾਂ ਵਾਚਨ ਦਾ ਯਤਨ ਕਰਾਂਗੇ। ਸਾਰੇ ਹੀ ਕਰੋ ਕਿਰਪਾ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਝੁਕਾਓ ਸੀਸ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇੱਕ ਬਚਨ ਆਪਾਂ ਹੁਣੇ ਪੜ੍ਹਿਆ। ਆਮ ਤੌਰ 'ਤੇ ਮਨੁੱਖ ਦੇ ਅੰਦਰ ਦੀ ਇੱਕ ਮੰਗ ਹੈ ਕਿ ਉਹ ਕਿਸੇ ਦੀ ਗੁਲਾਮੀ ਵਿੱਚ ਨਹੀਂ ਰਹਿਣਾ ਚਾਹੁੰਦਾ। ਯਤਨ ਹਰ ਇੱਕ ਦਾ ਹੈ ਕਿ ਮੈਂ ਸਵਤੰਤਰ ਹੋਵਾਂ, ਮੈਂ ਕਿਸੇ ਦੇ ਪ੍ਰਭਾਵ ਥੱਲੇ ਨਾ ਹੋਵਾਂ। ਆਜ਼ਾਦੀ ਦੇ ਹੀ ਅਰਥ ਮੁਕਤੀ ਨੇ। ਖਿਆਲ ਰੱਖਣਾ, ਮੁਕਤੀ ਇੱਕ ਐਸੀ ਦਸ਼ਾ ਹੈ ਜਿਸ ਨੂੰ ਆਪਾਂ ਨਿਰੰਤਰ ਆਜ਼ਾਦੀ ਕਹਿ ਸਕਦੇ ਹਾਂ।
ਆਜ਼ਾਦ ਰਹਿਣਾ, ਖੁੱਲ੍ਹੇ ਰਹਿਣਾ, ਕਿਸੇ ਦੇ ਪ੍ਰਭਾਵ ਤੋਂ ਬਿਨਾਂ ਰਹਿਣਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਮੁਕਤੀ ਦੀ, ਆਜ਼ਾਦ ਰਹਿਣ ਦੀ ਕਲਾ ਦੱਸੀ ਹੈ, ਪਰ ਉਹਨਾਂ ਨੇ ਇੱਕ ਵਚਨ ਕੀਤਾ, ਕਹਿਣ ਲੱਗੇ ਇੱਕ ਕੰਮ ਕਰਨਾ ਪਏਗਾ, ਜੇ ਤੂੰ ਸਾਰੇ ਬੰਧਨਾਂ ਤੋਂ ਮੁਕਤ ਹੋਣਾ ਹੈ ਤਾਂ ਇੱਕ ਬੰਧਨ ਤੈਨੂੰ ਆਪਣੇ ਗਲ ਵਿੱਚ ਪਾਉਣਾ ਹੀ ਪਏਗਾ। ਜੇ ਤੂੰ ਆਪਣੇ ਜੀਵਨ ਦੀ ਕਲਿਆਣ ਕਰਨੀ ਹੈ, ਆਪਣੇ ਆਪ ਨੂੰ ਨਿਰੰਤਰ ਮੁਕਤ ਕਰਨਾ ਕਿ ਤੈਨੂੰ ਕੋਈ ਦੁੱਖ ਦਾ ਬੰਧਨ ਨਾ ਪਵੇ, ਤੈਨੂੰ ਕਿਸੇ ਦੇ ਪ੍ਰਭਾਵ ਥੱਲੇ ਨਾ ਜਿਉਣਾ ਪਏ, ਇੱਥੋਂ ਤੱਕ ਕਿ ਬੰਦੇ ਦੇ ਕਈ ਬੰਧਨ ਨੇ, ਰੁਕਾਵਟਾਂ ਨੇ, ਉਹਨਾਂ ਵਿੱਚੋਂ ਸਭ ਤੋਂ ਵੱਡਾ ਬੰਧਨ ਮੌਤ ਹੈ। ਜੇ ਤੂੰ ਮੌਤ ਦੇ ਬੰਧਨ ਤੋਂ ਵੀ ਪਾਰ ਜਾਣਾ ਹੈ ਤਾਂ ਤੈਨੂੰ ਗੁਰੂ ਦੇ ਬੰਧਨ ਵਿੱਚ ਆਉਣਾ ਪਏਗਾ। ਪਰ ਬੰਦਾ ਦੋਵਾਂ ਪਾਸੇ ਤੁਰਦਾ ਹੈ, ਇੱਕ ਪਾਸੇ ਕਹਿੰਦਾ ਮੈਂ ਗੁਰੂ ਦੇ ਬੰਧਨ ਵਿੱਚ ਨਹੀਂ ਪੈਣਾ, ਸਾਰੇ ਬੰਧਨ ਮੇਰੇ ਨਸ਼ਟ ਹੋ ਜਾਣੇ ਚਾਹੀਦੇ ਨੇ, ਟੁੱਟ ਜਾਣੇ ਚਾਹੀਦੇ। ਇਸ ਤਰ੍ਹਾਂ ਕਦੀ ਨਹੀਂ ਹੋਇਆ। ਸਤਿਗੁਰੂ ਨੇ ਦੋ ਚੀਜ਼ਾਂ ਸਾਨੂੰ ਦਿੱਤੀਆਂ ਨੇ, ਮੈਂ ਦੋ ਸ਼ਬਦ ਵਰਤਾਂਗਾ, ਉਹਦੇ ਵਿੱਚ ਇੱਕ ਹੈ ਵਿਸ਼ਵਾਸ ਕਰਨਾ, ਸ਼ਰਧਾ ਕਰਨੀ, ਭਰੋਸਾ ਕਰਨਾ। ਇਹਦਾ ਇੱਕ ਵਿਰੋਧੀ ਤੱਤ ਹੈ, ਉਹਨੂੰ ਕਹਿੰਦੇ ਨੇ ਸ਼ੱਕ ਕਰਨਾ, ਤਰਕ ਕਰਨਾ, ਸਵਾਲ ਉਠਾਉਣਾ, ਕਿੰਤੂ ਕਰਨਾ। ਦੋਵੇਂ ਹੀ ਸਾਡੇ ਦਿਮਾਗ ਦੀਆਂ ਦਸ਼ਾ ਨੇ। ਕਦੀ ਸਾਡਾ ਮਨ ਵਿਸ਼ਵਾਸ ਵਿੱਚ ਆਉਂਦਾ, ਭਰੋਸਾ ਕਰਦਾ, ਸ਼ਰਧਾ ਕਰਦਾ, ਅਤੇ ਕਦੀ ਸਾਡਾ ਮਨ ਸ਼ੱਕ ਕਰਦਾ, ਬੇਭਰੋਸਗੀ ਕਰਦਾ ਹੈ। ਇਹ ਦੋਵੇਂ ਹੀ ਚੀਜ਼ਾਂ ਗਲਤ ਨਹੀਂ। ਸ਼ੱਕ ਵੀ ਮਨੁੱਖ ਦੇ ਮਨ ਦੀ ਉਪਜ ਹੈ ਅਤੇ ਕੁਦਰਤੀ ਉਹਦੇ ਵਿੱਚ ਪਾਇਆ ਰੱਬ ਨੇ। ਜੇ ਮਨੁੱਖ ਦਾ ਦਿਮਾਗ ਤੰਦਰੁਸਤ ਹੋਵੇਗਾ, ਸ਼ੱਕ ਵੀ ਕਰੇਗਾ ਅਤੇ ਸ਼ਰਧਾ ਵੀ ਕਰੇਗਾ, ਦੋਵੇਂ ਚੀਜ਼ਾਂ ਕਰੇਗਾ। ਅਸੀਂ ਕਈ ਵਾਰੀ ਕਹਿੰਦੇ ਹਾਂ ਸ਼ਰਧਾ ਕਰੀ ਜਾਓ, ਸ਼ੱਕ ਨਾ ਕਰੋ। ਨਹੀਂ, ਸ਼ੱਕ ਵੀ ਮਨੁੱਖ ਦੇ ਦਿਮਾਗ ਦੀ ਇੱਕ ਉਪਜ ਹੈ, ਉਹਦੇ ਮਨ ਵਿੱਚ ਪਿਆ, ਉਹਨੂੰ ਦਬਾਇਆ ਨਹੀਂ ਜਾ ਸਕਦਾ। ਸ਼ਰਧਾ ਵੀ ਉਹਦੇ ਮਨ ਦੀ ਇੱਕ ਉਪਜ ਹੈ, ਪਰ ਸਤਿਗੁਰੂ ਨੇ ਕਿਹਾ ਵਰਤੋਂ ਦੋਵਾਂ ਦੀ ਕਰ, ਸ਼ੱਕ ਵੀ ਕਰ ਅਤੇ ਸ਼ਰਧਾ ਵੀ ਕਰ, ਪਰ ਇਹ ਖਿਆਲ ਰੱਖੀਂ ਇਹ ਜਾਚ ਸਿੱਖ ਗੁਰੂ ਤੋਂ, ਸ਼ੱਕ ਕਿਹਦੇ 'ਤੇ ਕਰਨਾ ਅਤੇ ਸ਼ਰਧਾ ਕਿਹਦੇ 'ਤੇ ਕਰਨੀ ਹੈ। ਹਜ਼ੂਰ ਨੇ ਕਿਹਾ, ਬਾਣੀ ਦਾ ਸਾਰਾਂਸ਼ ਕਈ ਸ਼ਬਦਾਂ ਦੇ ਅਰਥ ਮੈਂ ਤੁਹਾਡੇ ਨਾਲ ਸਾਂਝੇ ਕਰਾਂ। ਸਤਿਗੁਰੂ ਨੇ ਕਿਹਾ ਸ਼ੱਕ ਕਰਨਾ ਹੀ ਤਾਂ ਮਨ 'ਤੇ ਕਰ, ਸ਼ਰਧਾ ਕਰਨੀ ਹੈ ਅਤੇ ਗੁਰੂ 'ਤੇ ਕਰ। ਤੂੰ ਇਹਦੇ ਉਲਟ ਚਲਾ ਗਿਆ, ਤੂੰ ਸ਼ਰਧਾ ਮਨ 'ਤੇ, ਭਰੋਸਾ ਮਨ 'ਤੇ ਕਰ ਲਿਆ ਅਤੇ ਸ਼ੱਕ ਗੁਰੂ 'ਤੇ ਕਰ ਲਿਆ। ਚੀਜ਼ਾਂ ਦੋਵੇਂ ਹੀ ਮਾੜੀਆਂ ਨਹੀਂ। ਗੁਰਮੁਖ ਅਤੇ ਮਨ ਮੁੱਖ ਵਿੱਚ ਫਰਕ ਕੀ ਹੈ? ਮਨਮੁੱਖ ਮਨ 'ਤੇ ਸ਼ੱਕ ਨਹੀਂ ਕਰਦਾ, ਉਹ ਮਨ 'ਤੇ ਭਰੋਸਾ ਕਰ ਲੈਂਦਾ, ਅਤੇ ਦੂਜੇ ਪਾਸੇ ਗੁਰੂ ਜਦੋਂ ਕੋਈ ਗੱਲ ਕਹਿੰਦਾ, ਗੁਰੂ ਦੇ ਗਿਆਨ ਨੂੰ ਪੁਣ ਕੇ ਪੀਂਦਾ, ਉਹਦੇ ਵਿੱਚੋਂ ਜਿਹੜਾ ਗਿਆਨ ਉਹਦੇ ਮਨ ਨਾਲ ਸੰਬੰਧਿਤ ਹੁੰਦਾ ਉਹਨੂੰ ਧਾਰਨ ਕਰ ਲੈਂਦਾ ਅਤੇ ਬਾਕੀ ਨੂੰ ਪੁਣ ਕੇ ਪਾਸੇ ਸਿੱਟ ਦਿੰਦਾ ਹੈ। ਗੁਰੂ 'ਤੇ ਸ਼ੱਕ, ਮਨ 'ਤੇ ਭਰੋਸਾ, ਜ਼ਿੰਦਗੀ ਦੀ ਤਬਾਹ ਕੁਣ ਦਸ਼ਾ ਹੈ। ਅਤੇ ਸਤਿਗੁਰੂ ਨੇ ਕਿਹਾ ਚੀਜ਼ਾਂ ਦੋਵੇਂ ਮਾੜੀਆਂ ਨਹੀਂ, ਸ਼ੱਕ ਵੀ ਕਰਿਆ ਕਰ। ਕੀ ਗੁਰੂ ਅਰਜਨ ਦੇਵ ਜੀ ਨੇ ਤਰਕ ਨਹੀਂ ਦਿੱਤਾ? ਮੈਂ ਕੱਲ੍ਹ ਵਿੱਚ ਕੁਝ ਸ਼ਬਦ ਛੱਡ ਗਿਆ ਸਾਂ, ਸਮਾਂ ਹੋ ਗਿਆ ਸੀ।
ਤਰਕ ਦਿੱਤਾ ਗੁਰੂ ਅਰਜਨ ਦੇਵ ਜੀ ਨੇ, ਸਵਾਲ ਕੀਤੇ ਨੇ। ਕੱਲ ਮੈਂ ਇੱਕ ਬਚਨ ਸਾਂਝਾ ਕੀਤਾ ਸੀ, ਕਹਿੰਦੇ ਨੇ ਪਾਠ ਕਰ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰਪੂਰੇ ਤੂੰ ਰਾਖਿਆ ਪ੍ਰਭ ਬਾਣੀ ਸ਼ਬਦ ਸੁਭਾਖਿਆ। ਇੱਥੇ ਸ਼ਰਧਾ ਕੀਤੀ, ਸ਼ਰਧਾ ਦੀ ਗੱਲ, ਅਤੇ ਨਾਲ ਇੱਕ ਬਚਨ ਕਹਿ ਦਿੱਤਾ। ਉਹ ਬਚਨ ਸੀ, ਸਾਹਿਬ ਨੇ ਕਿਹਾ, ਮੈਂ ਵਿੱਚ ਇੱਕ ਬੇਨਤੀ ਕਰਦਿਆਂ, ਆਪਣੇ ਸੈੱਲ ਫੋਨ ਬੰਦ ਰੱਖਿਆ ਕਰੋ। ਇਹ ਵੈਸੇ ਕਹਿਣ ਦੀ ਜ਼ਰੂਰਤ ਨਹੀਂ, ਆਪਣੇ ਆਪ, ਕਿਉਂਕਿ ਚੱਲਦੀ ਧਾਰਾ ਇੱਕ ਵਾਰੀ ਵਿੱਚ ਘੰਟੀ ਵੱਜ ਜਾਏ ਅਤੇ ਸਾਰਾ ਕੁਝ ਹਿੱਲ ਜਾਂਦਾ। ਇਸ ਲਈ ਆਪ ਜੀ ਸਾਰਿਆਂ ਨੂੰ ਬੇਨਤੀ ਹੈ, ਵੈਸੇ ਤਾਂ ਇਹਨਾਂ ਨੂੰ ਬਾਹਰ ਰੱਖਿਆ ਕਰੋ, ਜੇ ਰਹਿਣੇ ਨੇ ਇਹਨਾਂ ਨੂੰ ਬੰਦ ਕਰ ਦਿਓ, ਆਪਾਂ ਅੱਧਾ ਘੰਟਾ ਜਿੰਨਾ ਕੁ ਸਮਾਂ ਲਾਉਣਾ। ਦੂਸਰੀ ਬੇਨਤੀ, ਜਿਨ੍ਹਾਂ ਨੇ ਵਿੱਚੋਂ ਉੱਠ ਕੇ ਜਾਣਾ ਹੁੰਦਾ ਉਹ ਪਿੱਛੇ ਬੈਠਿਆ ਕਰੋ, ਇੱਕੋ ਚੀਜ਼ਾਂ ਜ਼ਰੂਰੀ ਨੇ। ਦੂਜੀ, ਸੰਗਤ ਦਾ ਧਿਆਨ ਵੰਡਿਆ ਜਾਂਦਾ। ਮੈਂ ਫਿਰ ਉਸ ਪ੍ਰਸੰਗ ਵੱਲ ਆਵਾਂ। ਸਤਿਗੁਰੂ ਨੇ ਇੱਕ ਪਾਸੇ ਬਾਣੀ ਪੜ੍ਹਨ ਲਈ ਕਿਹਾ, ਪਾਠ ਕਰਨ ਲਈ ਕਿਹਾ, ਪਰ ਨਾਲ ਉਹਨਾਂ ਦੇ ਸ਼ਬਦ ਆ ਜਾਣਗੇ। ਇੱਕ ਲੰਬੀ ਅਸ਼ਟਪਤੀ ਏ, ਸਾਹਿਬ ਕਹਿੰਦੇ ਨੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ। ਹੁਣ ਇੱਥੇ ਵੀ ਤਾਂ ਪਾਠ ਹੀ ਹੈ ਨਾ ਸ਼ਬਦ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ। ਨਿਵਲ ਭੁਯੰਗਮ ਦਾ ਅਰਥ ਹੈ ਪੇਟ ਦੀਆਂ ਨਾੜੀਆਂ ਨੂੰ ਸੋਧਣਾ, ਯੋਗ ਮਤ ਦੇ ਅਨੁਸਾਰ ਵੇਦ ਸ਼ਾਸਤਰਾਂ ਦੀ ਵਿਚਾਰ ਕਰਨੀ। ਨਿਵਲ ਭੁਯੰਗਮ ਸਾਧੇ, ਸਤਿਗੁਰੂ ਨੇ ਅੱਗੇ ਕਿਹਾ, ਪੰਚ ਜਨਾਂ ਸੋ ਸੰਗ ਨਾ ਛੁਟਕਿਓ ਅਧਿਕ ਅਹੈਂ ਬੁੱਧ ਬਾਂਧੇ। ਅਤੇ ਇੱਥੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਇਕੱਲੇ ਵੇਦਾਂ ਦੀ ਵਿਚਾਰ ਨਹੀਂ, ਇਕੱਲੇ ਯੋਗ ਮਤ ਦੀ ਗੱਲ ਨਹੀਂ, ਇਕੱਲੇ ਪਾਠ ਦੀ ਗੱਲ ਨਹੀਂ, ਬੰਦਾ ਸੇਵਾ ਵੀ ਕਰਦਾ ਹੋਵੇ ਅਤੇ ਸੇਵਾ ਕਰਦਿਆਂ ਜੇ ਭਾਵਨਾ ਸ਼ੁੱਧ ਨਾ ਹੋਵੇ, ਨਿਸ਼ਕਾਮਤਾ ਨਾ ਹੋਵੇ, ਅਤੇ ਸੇਵਾ ਜਿੰਨੀ ਜ਼ਿਆਦਾ ਬੰਦਾ ਕਰੇਗਾ ਉਨਾ ਉਹਦੇ ਵਿੱਚ ਈਰਖਾ ਵੱਧ ਜਾਏਗੀ। ਉਹਨਾਂ ਦਾ ਮੈਂ ਕੱਲ੍ਹ ਇੱਕ ਬਚਨ ਪੜ੍ਹਿਆ ਅਤੇ ਮੈਂ ਹੈਰਾਨ ਹੋ ਗਿਆ, ਕਿਉਂਕਿ ਉਹ ਐਸੇ ਲਿਖਾਰੀ ਨੇ ਜਿਨ੍ਹਾਂ ਨੇ ਆਪਣੇ ਸਰੀਰ ਦੇ ਉੱਤੇ ਸਿੱਖੀ ਨੂੰ ਹੰਡਾਇਆ, ਹੰਡਾਉਣ ਤੋਂ ਬਾਅਦ ਲਿਖਿਆ। ਗੱਲ ਉਹਨਾਂ ਨੇ ਲਿਖੀ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ, ਨਾਲ ਲਿਖੀ ਪ੍ਰਿਥੀ ਚੰਦ ਦੀ। ਕਹਿਣ ਲੱਗੇ ਫਰਕ ਕੀ ਪਿਆ ਦੋਵਾਂ ਦੇ ਵਿੱਚ, ਦੋਵੇਂ ਭਰਾ ਨੇ, ਮਾਂ ਇੱਕੋ ਅਤੇ ਪਿਤਾ ਵੀ ਇੱਕ ਹੈ। ਔਰ ਉਹਨਾਂ ਇਹ ਵੀ ਲਿਖਿਆ, ਉਹ ਕਹਿੰਦੇ ਨੇ ਜਦੋਂ ਪ੍ਰਿਥੀ ਚੰਦ ਜੀ ਦਾ ਜੀਵਨ ਵੇਖਦੇ ਹਾਂ, ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਦਾ, ਅਤੇ ਸੇਵਾ ਦੇ ਪੱਖੋਂ ਉਹਨਾਂ ਦਾ ਜੀਵਨ ਬਹੁਤ ਵੱਡਾ ਲੱਗਦਾ, ਪ੍ਰਬੰਧ ਬੜਾ ਕਰਦੇ ਨੇ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਜੇ ਪ੍ਰਬੰਧ ਦੇ ਮਾਮਲੇ ਵਿੱਚ ਵੇਖੋ ਤੇ ਜਿੰਨਾ ਪ੍ਰਬੰਧ ਪ੍ਰਿਥੀ ਚੰਦ ਕਰਦਾ ਹੈ ਉਹਨਾਂ ਪ੍ਰਬੰਧ ਗੁਰੂ ਅਰਜਨ ਦੇਵ ਜੀ ਤੋਂ ਨਹੀਂ ਹੁੰਦਾ। ਹਜ਼ਾਰਾਂ ਸੰਗਤ ਆਉਂਦੀ ਹੈ, ਫਰਕ ਕੀ ਪੈ ਗਿਆ? ਉਹਨਾਂ ਨੇ ਕਿਹਾ ਸੇਵਾ ਜ਼ਰੂਰ ਕਰਦੇ ਸਨ, ਪ੍ਰਬੰਧ ਜ਼ਰੂਰ ਕਰਦੇ ਸਨ, ਪਰ ਉਹਨਾਂ ਦੀ ਅੰਦਰਲੀ ਭਾਵਨਾ ਦੇ ਵਿੱਚ ਨਿਸ਼ਕਾਮਤਾ ਨਹੀਂ ਸੀ, ਨਿਸ਼ਾਨਾ ਰੱਖ ਕੇ ਕਰਦੇ ਸਨ। ਸੇਵਾ ਬਗਲੇ ਵਾਲੀ ਗੱਲ ਸੀ। ਗੁਰੂ ਨਾਨਕ ਦੇਵ ਜੀ ਨੇ ਸਲੋਕ ਕਿਹਾ, ਕਹਿੰਦੇ ਨੇ ਇੱਕ ਬੰਦਾ ਪੂਜਾ ਕਰਦਾ, ਗੁਰੂ ਨਾਨਕ ਦੇਵ ਜੀ ਦੇ ਆਸਾ ਦੀ ਵਾਰ ਵਿੱਚ ਵੀ ਬਚਨ, ਗੱਲ ਭਾਵਨਾ 'ਤੇ ਖੜੀ, ਖਿਆਲ ਰੱਖਣਾ। ਜਿਹੜਾ ਗੁਰੂ ਕੇ ਚਰਨੀ ਗੁਰਸਿੱਖ ਲੱਗਾ ਹੈ, ਉਹ ਜ਼ਰੂਰੀ ਨਹੀਂ ਕਿ ਸਾਰੇ ਪਾਪ ਉਹਦੇ ਅੱਜ ਹੀ ਧੁੱਪ ਗਏ ਨੇ, ਪਾਪ ਤਾਂ ਅੰਦਰ ਨੇ ਅਜੇ, ਅਵਗੁਣ ਹੈ।
ਪਰ ਪ੍ਰਵਾਨ ਕਿਹੜਾ ਹੋਇਆ? ਪ੍ਰਵਾਨ ਕੌਣ ਹੋਇਆ? ਗੁਰੂ ਦੇ। ਇੱਕ ਚੀਜ਼ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਹੁਤ ਕੁਝ ਬੋਲਿਆ, ਖਿਆਲ ਰੱਖਣਾ। ਸੇਵਾ 'ਤੇ ਵੀ ਬੋਲਿਆ, ਬਾਣੀ ਸੇਵਾ 'ਤੇ ਵੀ ਬੋਲਦੀ ਹੈ, ਸਿਮਰਨ 'ਤੇ ਵੀ ਬੋਲਦੀ ਹੈ, ਦਾਨ 'ਤੇ ਵੀ ਗੱਲ ਕੀਤੀ ਗਈ ਹੈ, ਪਾਠ 'ਤੇ, ਵਿੱਦਿਆ 'ਤੇ, ਪਰ ਉਪਕਾਰ 'ਤੇ, ਸਮਾਜ 'ਤੇ, ਰਾਜਨੀਤੀ 'ਤੇ, ਧਰਮ 'ਤੇ, ਸਾਰੇ ਪੱਖਾਂ 'ਤੇ ਬੋਲਿਆ। ਪਰ ਜ਼ੋਰ ਦਿੱਤਾ ਇੱਕ ਚੀਜ਼ 'ਤੇ, ਕਹਿਣ ਲੱਗੇ ਨੀਅਤ ਰਾਸ ਕਰ ਲੈ, ਜੇ ਨੀਅਤ ਰਾਸ ਨਾ ਹੋਈ ਤਾਂ ਕਿਸੇ ਕਰਮ ਨੇ ਬਿਲਕੁਲ ਕੰਮ ਨਹੀਂ ਦੇਣਾ। ਜੇ ਸਮਾਂ ਲੱਗਾ ਤਾਂ ਨੀਅਤ, ਕਿਉਂਕਿ ਜਦੋਂ ਬਾਣੀ ਲਗਾਤਾਰ ਪੜ੍ਹੀਏ ਤਾਂ ਕਈ ਵਿਸ਼ੇ ਜਿਵੇਂ ਕੇਲੇ ਦੇ ਪੱਤਿਆਂ ਵਿੱਚੋਂ ਪੱਤੇ ਨਿਕਲਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ੋਰ 100% ਇਹਦੇ ਉੱਤੇ ਵੀ ਬੰਦੇ ਦੀ ਨੀਅਤ, ਬੰਦੇ ਦੀ ਭਾਵਨਾ ਸ਼ੁੱਧ ਹੋ ਜਾਏ। ਉਹ ਚਾਹੁੰਦਾ ਕੀ ਹੈ, ਕੰਮ ਕਿਹੜਾ ਕਰ ਰਿਹਾ, ਇਹਦੇ ਨਾਲ ਮਤਲਬ ਨਹੀਂ, ਖਿਆਲ ਰੱਖਣ। ਕੰਮ ਚੰਗਾ ਵੀ ਹੋ ਸਕਦਾ, ਚੰਗਾ ਕੰਮ ਹੋ ਸਕਦਾ, ਨੀਅਤ ਮਾੜੀ ਹੋ ਸਕਦੀ ਹੈ। ਕੰਮ ਚੰਗਾ ਕਰੇਗਾ, ਨੀਅਤ ਮਾੜੀ, ਪਾਪ ਦਾ ਸਵਾਲ ਨਹੀਂ। ਮੈਂ ਇੱਕ ਸਿੱਖ ਦਾ ਜ਼ਿਕਰ ਕਰਦਿਆਂ ਕਿ ਜਿਹੜਾ ਪਾਪਾਂ ਦੀ ਪੰਡ ਚੁੱਕ ਕੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਆਇਆ ਸੀ, ਖਾਲੀ ਨਹੀਂ ਸੀ, ਧੁੱਪ ਕੇ ਨਹੀਂ ਸੀ ਆਇਆ, ਅਪਰਾਧਿਕ ਦੁਨੀਆਂ ਦਾ ਲਿਬੜਿਆ ਹੋਇਆ ਅਪਰਾਧ ਕਰਕੇ ਆਇਆ। 5-7 ਮਿੰਟਾਂ ਵਿੱਚ ਉਸ ਗੁਰਸਿੱਖ ਦਾ ਜ਼ਿਕਰ ਕਰਾਂ, ਕਿਉਂਕਿ ਗੁਰੂ ਅਰਜਨ ਦੇਵ ਨੂੰ ਵੇਖਣਾ ਹੋਵੇ ਤਾਂ ਉਹਨਾਂ ਦੇ ਸਿੱਖ ਵੇਖਣੇ ਪੈਣਗੇ ਨਾਲ। ਗੁਰੂ ਝਲਕਦਾ ਆਪਣੇ ਸਿੱਖਾਂ ਵਿੱਚੋਂ। ਮੈਂ ਵੀ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਨੂੰ ਵੇਖਣਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਨੂੰ ਵੇਖਣਾ ਪਏਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਵਿੱਚੋਂ ਹੋਣਗੇ ਅਤੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਗੁਰੂ ਅਰਜਨ ਦੇਵ ਜੀ ਦੇ ਸਿੱਖਾਂ ਵਿੱਚੋਂ। ਗੱਲ ਇੱਕੋ ਹੀ, ਵੱਖਰੇ ਨਹੀਂ ਗੁਰੂ। ਉਹਨਾਂ ਦਾ ਇੱਕ ਸਿੱਖ ਹੈ ਜਿਹਦੇ ਕੋਲ ਇੱਕ ਅਸੀਮ ਤਾਕਤ ਦੇ ਦਿੱਤੀ ਗੁਰੂ ਨੇ ਹੱਥਾਂ ਵਿੱਚ, ਉਸ ਸਿੱਖ ਦੇ ਅਪਰਾਧ ਦੀ ਦੁਨੀਆਂ ਵਿੱਚ ਵੇਖੋ ਤੇ ਸਿਰੇ ਤੇ ਖੜਾ ਹੈ, ਕਤਲ ਕਰਕੇ ਆਇਆ ਕਈ, ਤੇ ਤਾਕਤ ਇੰਨੀ ਦੇ ਦਿੱਤੀ। ਇੱਕ ਪਾਸੇ ਕਿਹਾ ਸੀ ਕਿ ਸੰਗਤ ਦੇ ਵਿੱਚ ਰੱਬ ਵੱਸਦਾ ਹੈ, ਜੇ 1000 ਬੰਦਾ ਅਰਦਾਸ ਕਰਦਾ ਪਿਆ ਤੇ ਉਹਦੀ ਅਰਦਾਸ ਨਹੀਂ ਮੁੜ ਸਕਦੀ, ਪਰ ਇੱਕ ਸਰੀਰ ਐਸਾ ਹੈ ਜਿਹਨੇ ਬਾਹਰਲੇ ਪਾਸੇ ਖੜ੍ਹੇ ਹੋ ਕੇ ਅੰਦਰ 1000 ਬੰਦਾ ਅਰਦਾਸ ਕਰਦਾ ਹੈ ਕਿ ਇਸ ਸਿੱਖ ਦੀਆਂ ਇੱਟਾਂ ਪੱਕ ਜਾਣਗੀਆਂ। ਬੁੱਧੂ ਸ਼ਾਹ ਦੀਆਂ ਤੁਸੀਂ ਜਾਣਦੇ ਹੋ, ਲਾਹੌਰ ਵਿੱਚ 1000 ਬੰਦਾ ਖੜ੍ਹਾ, ਸੰਗਤ ਖੜ੍ਹੀ ਹੈ, ਸਵਾਲ ਖੜ੍ਹਾ ਹੁੰਦਾ ਬਹੁਤ ਵੱਡਾ। ਇੱਕ ਬਾਹਰਲੇ ਪਾਸੇ ਆਦਮੀ ਖੜ੍ਹਾ ਹੈ, ਕੱਪੜੇ ਪੁਰਾਣੇ ਨੇ, ਪਾਟੇ ਨੇ, ਵੇਖਣ ਵਿੱਚ ਬਹੁਤਾ ਨਹੀਂ ਲੱਗਦਾ। ਅੰਦਰ ਅਰਦਾਸ ਹੁੰਦੀ ਹੈ ਲਾਹੌਰ ਦੀ ਧਰਤੀ 'ਤੇ, ਗੁਰੂ ਅਰਜਨ ਦੇਵ ਜੀ ਵਿੱਚ ਖੜ੍ਹੇ ਨੇ। ਕਿਸੇ ਬਹੁਤ ਵੱਡੇ ਧਨਾੜ ਨੇ ਸੱਦਿਆ ਘਰ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ, ਭਾਵੇਂ ਕਿ ਉਹ ਸਿੱਖੀ ਭਾਵਨਾ ਵਾਲਾ ਵੀ ਹੈ ਪਰ ਉਹਦੀ ਇੱਕ ਸੰਸਾਰਿਕ ਮੰਗ ਹੈ। ਉਹ ਕਹਿੰਦਾ ਮੇਰੀਆਂ ਇੱਟਾਂ ਨਹੀਂ ਪੱਕਦੀਆਂ, ਮੈਂ ਆਵੇ ਦਾ ਭੱਠੇ ਦਾ ਕੰਮ ਕਰਨਾ, ਜਦੋਂ ਇੱਟਾਂ ਕੱਢੀ ਦੀਆਂ ਨੇ, ਕੱਚੀਆਂ ਨਿਕਲਦੀਆਂ ਨੇ, ਪ੍ਰਸ਼ਾਦਾ ਛਕਾਇਆ ਅਤੇ ਬੇਨਤੀ ਕੀਤੀ, ਅਰਦਾਸ ਕਰੋ ਮਹਾਰਾਜ ਮੇਰੀਆਂ ਇੱਟਾਂ ਪੱਕ ਜਾਣ। ਅਰਦਾਸ ਹੋਣੀ ਹੈ, ਲੰਗਰ ਚੱਲਣਾ,
ਅਤੇ ਕੁਝ ਲੋਕ ਐਸੇ ਨੇ ਜਿਹੜੇ ਕਈ ਵਾਰੀ ਸਮੇਂ ਤੋਂ ਮਰਿਆਦਾ ਤੋਂ ਬਾਹਰ ਵੀ ਰਹਿੰਦੇ ਨੇ। ਖਿਆਲ ਰੱਖਣਾ, ਠੀਕ ਹੈ ਮਰਿਆਦਾ ਬਹੁਤ ਚੰਗੀ ਚੀਜ਼, ਕੁਝ ਲੋਕ ਐਸੇ ਨੇ ਜਿਹੜੇ ਸਮੇਂ ਤੋਂ ਪਾਰ ਰਹਿੰਦੇ ਨੇ, ਕਿਉਂਕਿ ਉੱਥੇ ਦਿਨ ਰਾਤ ਇੱਕ ਹੋ ਜਾਂਦਾ। ਕਿਹਨੂੰ ਕਹਿਣਗੇ ਸਵੇਰ ਹੋਈਏ ਅਤੇ ਕਿਹਨੂੰ ਕਹਿਣਗੇ ਸ਼ਾਮ ਹੋਈਏ। ਉਹ ਦੁਨੀਆ ਐਸੀ ਉਹਨਾਂ ਗੁਰਮੁਖਾਂ ਦੀ ਜਿਸ ਥਾਂ 'ਤੇ ਨਾ ਤਾਂ ਪਤਾ ਲੱਗਦਾ ਰਾਤ ਕਦੋਂ ਪਈ ਏ, ਜਿਸ ਥਾਂ 'ਤੇ ਨਾ ਪਤਾ ਲੱਗਦਾ ਦਿਨ ਕਦੋਂ ਚੜਿਆ, ਕਿਉਂਕਿ ਉਸ ਦੁਨੀਆ ਵਿੱਚ ਨਾ ਚੰਦਰਮਾ ਕੰਮ ਕਰਦਾ ਹੈ ਨਾ ਉੱਥੇ ਸੂਰਜ ਕੰਮ ਕਰਦਾ ਹੈ। ਦੋਵੇਂ ਓਹਲੇ ਹੋ ਗਏ, ਦੋਵੇਂ ਵੱਖਰੇ ਹੋ ਗਏ। ਇੱਕ ਨਵਾਂ ਸੂਰਜ, ਨਵਾਂ ਚੰਦਰਮਾ ਉਹਨਾਂ ਦੀ ਜ਼ਿੰਦਗੀ ਵਿੱਚ ਚੜ ਜਾਂਦਾ। ਉਹ ਸਿੱਖ ਬਾਹਰ ਖੜਾ ਹੈ ਅਤੇ ਉਹਨੇ ਆ ਕੇ ਪ੍ਰਸ਼ਾਦਾ ਮੰਗ ਲਿਆ ਬੁੱਧੂ ਤੋਂ। ਕਹਿਣ ਲੱਗਾ ਮੈਂ ਜਾਣਾ ਜਲਦੀ, ਮੇਰੇ ਕੋਲ ਟਾਈਮ ਘੱਟ ਹੈ। ਉਹਨੇ ਕਿਹਾ ਤੂੰ ਜਲਦੀ ਜਾ ਕੇ ਕਿਹੜਾ ਜਾ ਕੇ ਦਫ਼ਤਰ ਖੋਲ੍ਹਣਾ, ਕੀ ਕੰਮ ਕਰਨਾ, ਬੈਠ ਜਾ ਆਰਾਮ ਨਾਲ, ਅਜੇ ਅਰਦਾਸ ਹੋਏਗੀ, ਅਜੇ ਭੋਗ ਲੱਗਣਾ ਹੈ, ਉਦੋਂ ਬਾਅਦ ਵੇਖਾਂਗੇ ਤੈਨੂੰ। ਉਹਨੇ ਕਿਹਾ ਠੀਕ ਹੈ, ਮੈਂ ਵੀ ਤਾਂ ਗੁਰੂ ਅਰਜਨ ਦੇਵ ਜੀ ਦੇ ਪਿਆਰ ਕਰਕੇ ਇੱਥੇ ਆਇਆ, ਅੱਗੇ ਨਹੀਂ ਤੇਰੇ ਘਰ ਆਇਆ ਪ੍ਰਸ਼ਾਦਾ ਲੈਣ। ਤੂੰ ਜ਼ਿਆਦਾ ਨਹੀਂ ਤਾਂ ਇੱਕ ਰੋਟੀ ਮੈਨੂੰ ਲਿਆ ਦੇ। ਗੁਰੂ ਅਰਜਨ ਦੇਵ ਜੀ ਕੁਝ ਨਹੀਂ ਕਹਿੰਦੇ, ਅਰਦਾਸ ਬਾਅਦ ਵਿੱਚ ਕਰ ਲਈ, ਪੁੱਛ ਲਈ ਗੁਰੂ ਅਰਜਨ ਦੇਵ ਜੀ ਨੂੰ ਅਜੇ ਭੋਗ ਲੱਗਾ ਕਿ ਨਹੀਂ ਲੱਗਾ। ਉਹਨੇ ਕਿਹਾ ਨਹੀਂ ਚਲਾ ਜਾ। ਅਰਦਾਸ ਅੰਦਰ ਸ਼ੁਰੂ ਹੋਈ, ਅਰਦਾਸੀਆ ਕਹਿੰਦਾ ਕਿਰਪਾ ਕਰਨੀ ਇਹਦੀ, ਇੱਟਾਂ ਪੱਕ ਜਾਣ। ਉਹ ਇਕੱਲਾ ਬਾਹਰ ਖੜਾ ਹੈ, ਉਹ ਕਹਿੰਦਾ ਨਹੀਂ ਪੱਕਣਗੀਆਂ। ਜਦੋਂ ਪਿੱਛੋਂ ਆਵਾਜ਼ ਆਈ, ਸੰਗਤ ਦਾ ਧਿਆਨ ਪਿਛਾਂ ਗਿਆ, ਉਹਨੂੰ ਪਤਾ ਲੱਗ ਗਿਆ ਕੋਈ ਐਵੇਂ ਬੋਲਦਾ। ਫਿਰ ਉਹਨੇ ਪਰਤ ਕੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਕਿਰਪਾ ਕਰਨੀ, ਇਹ ਸਿੱਖ ਨੇ ਸੇਵਾ ਕੀਤੀ, ਇਹਦੀ ਇੱਟਾਂ ਕੱਚੀਆਂ ਨਾ ਨਿਕਲਣ, ਪਿੱਲੀਆਂ ਨਾ ਨਿਕਲਣ, ਪੱਕ ਜਾਣ। ਅਤੇ ਪਰਤ ਕੇ ਉਹ ਸਿੱਖ ਬਾਹਰਲੇ ਨੇ ਦੁਹਰਾ ਕੇ ਕਹਿ ਦਿੱਤਾ, ਕਹਿਣ ਲੱਗੇ ਦੂਜੀ ਵਾਰੀ ਕੀ ਭਾਵੇਂ 10 ਵਾਰੀ ਕਹਿ ਜਾਏ, ਇੱਟਾਂ ਨਹੀਂ ਪੱਕਣੀਆਂ ਇਸਦੀਆਂ।